ਸਾਬਕਾ ਕਾਂਗਰਸੀਆਂ ਦੀ ਘਰ ਵਾਪਸੀ ਦੇ ਵਿਚਾਲੇ ਇੱਕ ਨਵੀਂ ਤਸਵੀਰ ਜਿਹੜੀ ਹੈ ਉਹ ਬਟਾਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਬਟਾਲਾ ਦੇ ਵਿੱਚ ਅਰਸੇ ਬਾਅਦ ਬਾਜਵਾ ਭਰਾ ਜਿਹੜੇ ਨੇ ਉਹ ਇਕੱਠੇ ਹੋਏ ਨੇ ਤੇ ਦੱਸਦੀ ਕਿ ਆਮੋ ਸਾਹਮਣਾ ਜਿਹੜਾ ਹੈ ਉਹ ਬਾਜਵਾ ਭਰਾਵਾਂ ਦਾ ਹੋਇਆ ਫਤਿਹਜੰਗ ਬਾਜਵਾ ਦੇ ਵੱਲੋਂ ਦੀ ਆਪਣੇ ਵੱਡੇ ਭਰਾ ਦਾ ਆਸ਼ੀਰਵਾਦ ਲਿਆ ਗਿਆ ਔਰ ਕਾਂਗਰਸ ਨੂੰ ਮੈਂ ਪਹਿਲਾਂ ਹੀ ਮੱਥਾ ਟੇਕ ਚੁੱਕਿਆ ਹਾਂ ਫਤਿਹਜੰਗ ਬਾਜਵਾ ਇੱਥੇ ਕਹਿੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਜ਼ਿਕਰ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਇਦਾਂ ਹੀ ਜਿਹੜਾ ਉਥੋਂ ਦੀ ਨਿਕਲ ਜਾਂਦੇ ਨੇ ਬਿਨਾਂ ਦੇਖਿਆ ਕਿਉਂਕਿ ਫਤਿਹਜੰਗ ਬਾਜਵਾ ਜਦੋਂ ਇੱਥੇ ਪੈਰੀ ਹੱਥ ਲਾਉਂਦੇ ਨੇ ਜਦੋਂ ਆਸ਼ੀਰਵਾਦ ਲੈਂਦੇ ਨੇ ਤਾਂ ਉਸ ਸਮੇਂ ਦੇ ਉੱਤੇ ਪ੍ਰਤਾਪ ਬਾਜਵਾ ਜਿਹੜੇ ਨੇ ਇਦਾਂ ਹੀ ਨਿਕਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਸਵਾਲ ਕੀਤਾ ਜਾਂਦਾ ਫਤਿਹਜੰਗ ਬਾਜਵਾ ਤੋਂ ਇਸ ਬਾਰੇ ਤਾਂ ਉਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜੱਫੀਆਂ ਤਾਂ ਦਿਲਾਂ ਦੀਆਂ ਹੁੰਦੀਆਂ ਨੇ ਸਾਡੇ ਸਹਿਯੋਗੀ ਭੋਪਾਲ ਸਿੰਘ ਇਸ ਵੇਲੇ ਫੋਨ ਲਾਈਨ ਤੇ ਜੁੜ ਰਹੇ ਨੇ ਭੋਪਾਲ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਕਿ ਫਤਿਹਜੰਗ ਬਾਜਵਾ ਤਾਂ ਆਸ਼ੀਰਵਾਦ ਲੈਂਦੇ ਨੇ ਪਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਇਦਾਂ ਹੀ ਅੱਗੇ ਨਿਕਲ ਜਾਂਦੇ ਨੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਬਟਾਲਾ ਦੇ ਵਿੱਚ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਫਤਿਹਜੰਗ ਬਾਜਵਾ ਦੋਨੋਂ ਹੀ ਸ਼ਾਮਿਲ ਹੋਏ ਸੀ ਜਦ ਪ੍ਰਤਾਪ ਸਿੰਘ ਬਾਜਵਾ ਉੱਥੋਂ ਨਿਕਲ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੇ ਫਤਿਹਜੰਗ ਬਾਜਵਾ ਨੇ ਦੋਨੋਂ ਹੱਥ ਜੋੜ ਕੇ ਵੱਡੇ ਭਰਾ ਹੋਣ ਦੇ ਨਾਤੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਫਤਿਹਜੰਗ ਬਾਜਵਾ ਦੇ ਵੱਡੇ ਭਰਾ ਨੇ ਤੇ ਵੱਡੇ ਭਰਾ ਹੋਣ ਦੇ ਨਾਤੇ ਹੱਥ ਜੋੜ ਕੇ ਉਹਨਾਂ ਦੇ ਗੋਡੇ ਹੱਥ ਲਗਾਇਆ ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਕੇਵਲ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਉਹਨਾਂ ਨੂੰ ਇਗਨੋਰ ਕਰਦਿਆ ਹੋਇਆ ਅੱਗੇ ਨਿਕਲਣਾ ਚਾਹਿਆ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਫਤਿਹਜੰਗ ਬਾਜਵਾ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਤਾਂ ਪਹਿਲਾਂ ਹੀ ਉਹ ਮੱਥਾ ਟੇਕ ਚੁੱਕੇ ਨੇ ਅੱਜ ਵੱਡੇ ਭਰਾ ਨੂੰ ਮੱਥਾ ਟੇਕਿਆ ਦੂਸਰੇ ਪਾਸੇ ਜਦੋਂ ਅਸੀਂ ਗੱਲ ਕੀਤੀ ਕਿ ਬਗਾਨਿਆਂ ਵਾਂਗ ਮਿਲੇ ਹੋ ਜੱਫੀ ਪਾ ਕੇ ਨਹੀਂ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਜੱਫੀਆਂ ਤਾਂ ਦਿਲਾਂ ਦੀਆਂ ਹੁੰਦੀਆਂ ਨੇ ਲੋਕ ਵਿਖਾਵੇ ਵਾਸਤੇ ਕਾਹਦੀਆਂ ਜੱਫੀਆਂ ਹੋਣੀ ਚਾਹੀਦੀਆਂ ਤਾਂ ਕਿਤੇ ਨਾ ਕਿਤੇ ਇੱਕ ਉੱਥੇ ਇਸ ਤਰੀਕੇ ਦੀ ਸਥਿਤੀ ਬਣਦੀ ਦਿਖਾਈ ਦਿੱਤੀ ਕਿ ਕਾਫੀ ਲੰਬੇ ਅਰਸੇ ਤੋਂ ਬਾਅਦ ਦੋਨੋਂ ਭਰਾ ਸਾਹਮਣੇ ਹੁੰਦੇ ਨੇ ਪਰ ਇੱਕ ਦੂਸਰੇ ਨੂੰ ਮਿਲਣ ਦੀ ਜਗ੍ਹਾ ਤੇ ਇਗਨੋਰ ਕੀਤਾ ਜਾਂਦਾ ਹੈ ਜਦ ਕਿ ਫਤਿਹਜੰਗ ਬਾਜਵਾ ਵੱਲੋਂ ਹੱਥ ਜੋੜ ਕੇ ਮੱਥਾ ਵੀ ਟੇਕਿਆ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਜੀ ਬਿਲਕੁਲ ਇਸ ਨੂੰ ਲੈ ਕੇ ਹੋਰ ਕੋਈ ਪ੍ਰਤੀਕਿਰਿਆ ਜਿਹੜੀ ਹੈ ਹੁਣ ਤੱਕ ਸਾਹਮਣੇ ਆ ਪਾਈ ਹੈ ਕਿਉਂਕਿ ਪ੍ਰਤਾਪ ਬਾਜਵਾ ਜਿਸ ਤਰੀਕੇ ਦੇ ਨਾਲ ਉੱਥੋਂ ਨਿਕਲਦੇ ਨੇ ਕਿਉਂਕਿ ਜ਼ਾਹਰ ਤੌਰ ਦੇ ਉੱਤੇ ਕਾਂਗਰਸੀ ਜਿਹੜੇ ਨੇ ਉਹ ਘਰ ਸਾਬਕਾ ਕਾਂਗਰਸੀ ਜਿਹੜੇ ਸੀ ਉਹਨਾਂ ਦੀ ਘਰ ਵਾਪਸੀ ਹੋਈ ਹੈ ਔਰ ਉਮੀਦ ਜਿਹੜੀ ਹੈ ਕਿਤੇ ਨਾ ਕਿਤੇ ਇਹ ਵੀ ਜਤਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਹੋ ਸਕਦਾ ਫਤਿਹਜੰਗ ਬਾਜਵਾ ਵੀ ਉਹਨਾਂ ਦੇ ਵਿੱਚ ਸ਼ਾਮਲ ਹੋਣ ਜਿਹੜੇ ਕਿ ਵਾਪਸ ਘਰ ਆ ਰਹੇ ਨੇ ਦੇਖੋ ਇਸ ਗੱਲ ਨੂੰ ਲੈ ਕੇ ਜਦੋਂ ਅਸੀਂ ਫਤਿਹਜੰਗ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹਾਲੇ ਵੀ ਕਈ ਕਾਂਗਰਸੀ ਜਿਹੜੇ ਨੇ ਉਹ ਭਾਜਪਾ ਦੇ ਦਾਇਰੇ ਦੇ ਅੰਦਰ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੱਡਾ ਇੱਕ ਧਮਾਕਾ ਜ਼ਰੂਰ ਹੋਵੇਗਾ ਦੂਸਰੇ ਪਾਸੇ ਜਦ ਅਸੀਂ ਪ੍ਰਤਾਪ ਸਿੰਘ ਬਾਜਵਾ ਨਾਲ ਇਸ ਮੁੱਦੇ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਭਰਾ ਵਾਲੇ ਜਿਹੜੇ ਮੱਥਾ ਟੇਕਣ ਦਾ ਮੁੱਦਾ ਸੀ ਉਸ ਦੇ ਉੱਤੇ ਤਾਂ ਕੁਛ ਨਹੀਂ ਬੋਲੇ ਪਰ ਦੂਸਰੇ ਪਾਸੇ ਜੇ ਕਾਂਗਰਸੀ ਜਿਹੜੇ ਵਾਪਸ ਆ ਰਹੇ ਨੇ ਭਾਜਪਾ 'ਚੋਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਜੇ ਹੋਰ ਆਉਣ ਵਾਲੇ ਸਮੇਂ 'ਚ ਵਾਪਸ ਆਉਣਗੇ ਤਾਂ ਦੂਸਰੀਆਂ ਪਾਰਟੀਆਂ ਦੇ ਵੀ ਲੋਕ ਕਾਂਗਰਸ 'ਚ ਸ਼ਾਮਲ ਹੋਣਗੇ ਜੀ ਬਿਲਕੁਲ ਠੀਕ ਹੈ ਧੰਨਵਾਦ ਸਾਰੀ ਜਾਣਕਾਰੀ ਦੇ ਲਈ ਤਾਂ ਫਿਲਹਾਲ ਇੱਥੇ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਫਤਿਹਜੰਗ ਬਾਜਵਾ ਜਿਹੜੇ ਨੇ ਉਹ ਮਿਲੇ ਜ਼ਰੂਰ ਨੇ ਪਰ ਕਿਤੇ ਨਾ ਕਿਤੇ ਪ੍ਰਤਾਪ ਬਾਜਵਾ ਉਹਨਾਂ ਨੂੰ ਇਗਨੋਰ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਬਾਰੇ ਮੁੜ ਤੋਂ ਜਿਹੜੀ ਗੱਲਬਾਤ ਹੋਈ ਹੈ ਉਸ ਦੇ ਉੱਤੇ ਫਤਿਹਜੰਗ ਬਾਜਵਾ ਦਾ ਕਹਿਣਾ ਹੈ ਕਿ ਉਹ ਤਾਂ ਭਾਜਪਾ ਦੇ ਵਿੱਚ ਹੀ ਜਿਹੜਾ ਨੇ ਪਰ ਦੂਸਰੇ ਪਾਸੇ ਧਮਾਕਾ ਜਿਹੜਾ ਹੈ ਉਹ ਛੇਤੀ ਹੋਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕਈ ਲੀਡਰ ਹਲੇ ਵੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਹੀ ਨੇ ਵੱਡੇ ਭਰਾ ਨੂੰ ਮੱਥਾ ਟੇਕਿਆ ਗਿਆ ਕਿ ਕਾਂਗਰਸ ਨੂੰ ਜੀ ਵੱਡੇ ਭਰਾ ਨੂੰ ਕਾਂਗਰਸ ਨੂੰ ਤੇ ਮੱਥਾ ਟੇਕ ਹੀ ਦਿੱਤਾ ਸੀ ਚਲੋ ਜੱਫੀਆਂ ਤੇ ਹਮੇਸ਼ਾ ਦਿਲਾਂ ਦੀਆਂ ਹੁੰਦੀਆਂ ਨੇ ਕਿ ਮੈਂ ਲੋਕਾਂ ਨੂੰ